ਕੰਪੀਟੀਸ਼ਨ ਲਈ ਮੈਂ ਤਿਆਰ ਨਹੀਂ ਕੀਤਾ, ਮੈਂ ਤਿਆਰ ਹੋ ਰਿਹਾ ਵੀਰੇ। ਤਿਆਰ ਤਾਂ ਮੈਂ ਕੋਈ ਵੀ ਬੰਦਾ ਤਿਆਰ ਨਹੀਂ ਹੁੰਦਾ ਜੰਮਦਾ ਨਾ, ਜਦੋਂ ਜਦੋਂ ਬੰਦਾ ਜਿੱਦਾਂ ਜਿੱਦਾਂ ਦੀ ਸਟੇਜ ਚੋਂ ਲੰਘਦਾ ਰਹਿੰਦਾ ਬੰਦਾ ਉੱਦਾਂ ਉੱਦਾਂ ਤਿਆਰ ਹੁੰਦਾ ਰਹਿੰਦਾ, ਜਿੱਦਾਂ ਜਿੱਦਾਂ ਉਹਨੂੰ ਧੱਕੇ ਧੋਖੇ ਮਿਲਦੇ ਰਹਿੰਦੇ ਨੇ ਬੰਦਾ ਉੱਦਾਂ ਉੱਦਾਂ ਹਾਰਡ ਹੁੰਦਾ ਰਹਿੰਦਾ। ਤੇ ਇੱਕ ਦਿਨ ਮੈਂ ਕਹਿਣਾ ਚਾਹੁੰਦਾ ਕਿ ਇੱਕ ਦਿਨ ਆਪਾਂ ਪੰਜਾਬੀ ਫਿਲਮ ਇੰਡਸਟਰੀ ਨੂੰ ਉੱਥੇ ਤੱਕ ਲੈ ਕੇ ਜਾਵਾਂਗੇ ਜਿੱਥੋਂ ਤੱਕ ਫਿਰ ਬਾਲੀਵੁੱਡ ਵਾਲੇ ਵੀ ਸੋਚਣਗੇ ਯਾਰ ਪੰਜਾਬ 'ਚ ਕੋਈ ਉੱਠਿਆ ਨਿਕਲ ਯਾਰ ਕੋਈ ਪੰਜਾਬ ਜਿਹਨੇ ਰਿਲੀਜ਼ ਹੋਣ ਦੇ ਲਈ ਬਿਲਕੁਲ ਤਿਆਰ ਹੈ। ਹਲਕਾ ਜਿਹਾ ਗ੍ਰੇ ਸ਼ੇਡ ਦੇ ਵਿੱਚ ਇਸ ਫਿਲਮ ਦੇ ਵਿੱਚ ਸਿੰਘਾ ਤੁਹਾਨੂੰ ਨਜ਼ਰ ਆਉਣਗੇ। ਹਾਲਾਂਕਿ ਇਸ ਦੀਆਂ ਬਹੁਤ ਸਾਰੇ ਪ੍ਰੈਸ ਕਾਨਫਰੰਸ ਉਹ ਕਰ ਰਹੇ ਨੇ ਜਿਸ ਦੀਆਂ ਵੀਡੀਓ ਸੋਸ਼ਲ ਮੀਡੀਆ 'ਤੇ ਬਹੁਤ ਵਾਇਰਲ ਹੋ ਰਹੀਆਂ। ਰੀਸੈਂਟ ਇੱਕ ਪ੍ਰੈਸ ਕਾਨਫਰੰਸ ਦੇ ਦੌਰਾਨ ਪੂਰੀ ਸਟਾਰ ਕਾਸਟ ਨੂੰ ਸਪੋਟ ਕੀਤਾ ਗਿਆ ਜਿੱਥੇ ਉਹਨਾਂ ਨੇ ਫਿਲਮ ਨੂੰ ਲੈ ਕੇ ਬਹੁਤ ਸਾਰੀਆਂ ਗੱਲਾਂ ਕੀਤੀਆਂ, ਫਿਲਮ ਦੇ ਬਾਰੇ ਬਹੁਤ ਕੁਝ ਦੱਸਿਆ। ਕੀ ਆਖਿਆ ਉਹਨਾਂ ਨੇ ਤੁਸੀਂ ਵੀ ਸੁਣੋ। ਲੁਕਸ ਤੇ ਬਹੁਤਾ ਕੰਮ ਨਹੀਂ ਕਰਨਾ ਪਿਆ, ਸਿਰਫ ਦਾੜੀ ਵਧਾਈ ਹੈ ਮੈਂ ਤੇ ਲੁੱਕ ਤਾਂ ਜਿੱਦਾਂ ਦਾ ਮੈਂ ਹੈਗਾ ਤੁਹਾਡੇ ਸਾਹਮਣੇ ਹੀ ਆ ਵੀਰੇ। ਤੁਹਾਨੂੰ ਹੁਣ ਆਪਾਂ ਇੰਨੀ ਵਾਰ ਮਿਲੇ, ਇੰਨੀ ਵਾਰ ਅਸੀਂ ਗੱਲਬਾਤ ਕੀਤੀ ਹੈ, ਤੁਹਾਨੂੰ ਮੇਰੇ ਨੇਚਰ ਦਾ ਵੀ ਪਤਾ, ਜਿੱਦਾਂ ਦਾ ਸਿੰਘਾ ਦਿਲੋਂ ਆ ਉੱਦਾਂ ਦਾ ਇੱਥੇ ਹੈ। ਤੇ ਤਿਆਰੀ ਇੰਨੀ ਸੀ, ਸਿਮਰਜੀਤ ਭਾਈ ਨੇ ਮੈਨੂੰ ਮੇਰਾ ਕਰੈਕਟਰ ਦੱਸਿਆ। ਕਰੈਕਟਰ ਮੇਰਾ ਥੋੜ੍ਹਾ ਜਿਹਾ ਚੱਕਮਾ ਜਿਹਾ ਹੀ ਹੈ, ਸੋ ਮੇਰੇ ਨਾਲ ਬਚਪਨ ਦੇ ਵਿੱਚ ਉੱਦਾਂ ਦੇ ਇੰਸੀਡੈਂਟ ਹੁੰਦੇ ਨੇ ਜਿਹਦੇ ਕਰਕੇ ਮੈਂ ਥੋੜ੍ਹਾ ਜਿਹਾ ਗਰਮ ਰਹਿੰਦਾ। ਤੇ ਮੇ ਵੀ ਕਰੈਕਟਰ ਦੀ ਡਿਮਾਂਡ ਵੀ ਭਾਜੀ ਇਹੀ ਸੀਗੀ, ਸੋ ਦੇਸੀ ਜਿਹਾ ਬੰਦਾ ਕੁੜਤਾ ਪਾ ਕੇ ਰੱਖਦਾ, ਉਹ ਖੁੱਲੇ ਸੁਭਾਅ ਦਾ, ਆਪਣੇ ਯਾਰਾਂ ਦੋਸਤਾਂ ਨੂੰ ਬਹੁਤ ਪਿਆਰ ਕਰਦਾ। ਤਾਂ ਹੀ ਮੈਂ ਕਿਹਾ ਭਾਜੀ ਜਦੋਂ ਤੁਸੀਂ ਮੂਵੀ ਦੇਖੋਗੇ ਤੁਹਾਡੇ ਇਮੋਸ਼ਨਸ ਜੁੜਨਗੇ ਵਿੱਚ, ਕਿਉਂਕਿ ਯਾਰੀ ਲਈ ਮੇਰੇ ਖਿਆਲ 'ਚ ਇੱਕ ਏਦਾਂ ਦਾ ਸੀਨ ਆਊਗਾ ਕਿ ਤੁਸੀਂ ਵੀ ਉਹ ਸੀਨ ਦੇਖ ਕੇ ਇਮੋਸ਼ਨਲ ਹੋ ਜਾਓਗੇ। ਬਹੁਤ ਵਧੀਆ ਸੀਨ ਹੈ, ਯਾਰ ਦੋਸਤ ਜਦੋਂ ਵਿਛੜਦੇ ਆ ਤੇ ਏਦਾਂ ਦੀਆਂ ਚੀਜ਼ਾਂ ਛੋਟੀਆਂ ਛੋਟੀਆਂ, ਫੈਮਿਲੀ ਨਾਲ ਪਿਆਰ, ਜਦੋਂ ਕੋਈ ਏਦਾਂ ਦੀ ਕੋਈ ਗੱਲਬਾਤ ਹੁੰਦੀ ਹੈ ਕਿੱਦਾਂ ਉਹ ਰਿਐਕਟ ਕਰਦਾ, ਕਿੱਦਾਂ ਬੋਲਦਾ, ਸੋ ਵਾਕ ਹੈ ਉਹਦੀ, ਉਹਦਾ ਬੋਲਣ ਦਾ ਸਟਾਈਲ ਹੈ, ਸਾਰੀਆਂ ਚੀਜ਼ਾਂ ਤੁਸੀਂ ਦੇਖ ਕੇ ਦੱਸ ਸਕਦੇ ਹੋ ਕਿੱਦਾਂ ਦਾ ਕੀਤਾ। ਕੰਪੀਟੀਸ਼ਨ ਲਈ ਮੈਂ ਤਿਆਰ ਨਹੀਂ ਕੀਤਾ, ਮੈਂ ਤਿਆਰ ਹੋ ਰਿਹਾ ਵੀਰੇ। ਤਿਆਰ ਤਾਂ ਮੈਂ ਕੋਈ ਵੀ ਬੰਦਾ ਤਿਆਰ ਨਹੀਂ ਹੁੰਦਾ ਜੰਮਦਾ ਨਾ, ਜਦੋਂ ਜਦੋਂ ਬੰਦਾ ਜਿੱਦਾਂ ਜਿੱਦਾਂ ਦੀ ਸਟੇਜ ਚੋਂ ਲੰਘਦਾ ਰਹਿੰਦਾ ਬੰਦਾ ਉੱਦਾਂ ਉੱਦਾਂ ਤਿਆਰ ਹੁੰਦਾ ਰਹਿੰਦਾ, ਜਿੱਦਾਂ ਜਿੱਦਾਂ ਉਹਨੂੰ ਧੱਕੇ ਧੋਖੇ ਮਿਲਦੇ ਰਹਿੰਦੇ ਨੇ ਬੰਦਾ ਉੱਦਾਂ ਉੱਦਾਂ ਹਾਰਡ ਹੁੰਦਾ ਰਹਿੰਦਾ। ਸੋ ਮੈਂ ਉਹ ਹੋ ਰਿਹਾ, ਮੇਰੇ ਨਾਲ ਮੈਂ ਚੱਲ ਰਿਹਾ, ਮੇਰੀ ਲਾਈਫ ਵਧੀਆ ਚੱਲ ਰਹੀ ਹੈ। ਤੇ ਇੱਕ ਦਿਨ ਮੈਂ ਕਹਿਣਾ ਚਾਹੁੰਦਾ ਕਿ ਇੱਕ ਦਿਨ ਆਪਾਂ ਪੰਜਾਬੀ ਫਿਲਮ ਇੰਡਸਟਰੀ ਨੂੰ ਉੱਥੇ ਤੱਕ ਲੈ ਕੇ ਜਾਵਾਂਗੇ ਜਿੱਥੋਂ ਤੱਕ ਫਿਰ ਬਾਲੀਵੁੱਡ ਵਾਲੇ ਵੀ ਸੋਚਣਗੇ ਯਾਰ ਪੰਜਾਬ 'ਚ ਕੋਈ ਉੱਠਿਆ ਨਿਕਲਿਆ ਕੋਈ ਪੰਜਾਬ 'ਚ ਜਿਹਨੇ ਪੰਜਾਬੀ ਫਿਲਮ ਇੰਡਸਟਰੀ ਨੂੰ ਇੱਕ ਨਵਾਂ ਰੂਪ ਦਿੱਤਾ। ਸੋ ਮੇਰੀ ਟਰਾਈ ਇਹੀ ਹੈ, ਸੋ ਅੱਗੇ ਇੱਕ ਮੈਂ ਮੂਵੀ ਖੁਦ ਲਿਖ ਰਿਹਾ, ਖੁਦ ਹੀ ਡਾਇਰੈਕਟ ਕਰੂੰਗਾ, ਤੇ ਉਹਦੇ 'ਚ ਮੈਨੂੰ ਬੜੀ ਖੁੱਲ੍ਹ ਹੋਊਗੀ ਕਰਨ ਦੀ, ਕੰਮ ਆਪਣਾ ਕਰੈਕਟਰ ਕਰਨ ਦੀ। ਸੋ ਮੈਂ ਸਾਬਤ ਕਰਨਾ ਚਾਹੁੰਦਾ ਕਿ ਨਹੀਂ ਯਾਰ, ਜਿਹੜਾ ਬੰਦਾ ਮਿਹਨਤ ਕਰਦਾ ਕੁਛ ਵੀ ਕਰ ਸਕਦਾ। ਖੁੱਲ੍ਹ ਨਹੀਂ, ਮੈਨੂੰ ਖੁੱਲ੍ਹ ਬਹੁਤ ਸੀ, ਪਰ ਇੱਕ ਚੀਜ਼ ਹੁੰਦੀ ਹੈ ਨਾ, ਮੇਰਾ ਕਰੈਕਟਰ ਜਿੰਨਾ ਕੁ ਹੈ ਉਹ ਮੈਨੂੰ, ਜਿੱਦਾਂ ਵੀਰੇ ਦਾ ਕਰੈਕਟਰ ਮੇਰਾ, ਇਹਨਾਂ ਸਾਰਿਆਂ ਦਾ, ਜਿਹੜਾ ਇੱਕ ਡਾਇਰੈਕਟਰ ਨੇ ਤੁਹਾਨੂੰ ਕਰੈਕਟਰ ਦੇ ਦਿੱਤਾ, ਤੁਹਾਨੂੰ ਉਹਦੇ 'ਚ ਬਚ ਕੇ ਰਹਿਣਾ ਪੈਣਾ। ਹੁਣ ਜਿਹੜੀ ਫਿਲਮ ਮੈਂ ਖੁੱਦ ਲਿਖ ਰਿਹਾ, ਫਿਰ ਮੈਂ ਆਪਣਾ ਕਰੈਕਟਰ ਤਾਂ ਜਮਾਂ ਹੀ ਸਿਸਟਮ ਹੀ ਕਰੂੰਗਾ ਪੂਰਾ, ਹੈ ਨਾ। ਤੇ ਬਸ ਚੜ੍ਹਦੀ ਕਲਾ 'ਚ ਰਹੋ ਤੇ ਏਦਾਂ ਹੀ ਸਪੋਰਟ ਪਿਆਰ ਕਰਦੇ ਰਹੋ ਜੀ। ਕਿ ਯਾਰ 2 ਲੱਖ ਚਾਰ ਲੱਖ ਆ, 5 ਲੱਖ ਆ, 10 ਲੱਖ ਆ, ਇੱਕ ਦਿਨ ਬਜਟ ਨਾ ਸੋਚੀਏ, ਬਸ ਪਤਾ ਹੋਵੇ ਕਿ ਇੰਨੇ ਪੈਸੇ ਲਾਉਣੇ ਨੇ ਤਾਂ ਮੂਵੀ ਦਾ ਕੰਸੈਪਟ ਆ ਆ, ਬਣਾਉਣਾ ਹੈ ਬਣਾਉਣਾ ਹੈ, ਬਸ ਪਤਾ ਹੋਣਾ ਚਾਹੀਦਾ। ਹੁਣ ਅਸੀਂ ਥੋੜ੍ਹਾ ਜਿਹਾ ਹੱਥ ਘੁੱਟ ਲੈਂਦੇ ਕਿਉਂਕਿ ਸਾਡੀ ਆਡੀਅੰਸ ਉਨੀ ਕੁ ਹੈ। ਜਦੋਂ ਸਿਮਰਜੀਤ ਭਾਈ ਨੇ ਇੱਕ ਗੱਲ ਕਹੀ ਹੈ, ਜਦੋਂ ਸਾਡੀਆਂ ਪੰਜਾਬੀ ਮੂਵੀਆਂ ਦੇ ਜਿਹੜੇ ਆਈਡੀਆਜ਼ ਨੇ ਜਾਂ ਮਤਲਬ ਕੰਸੈਪਟ ਨੇ, ਜਦੋਂ ਸਾਊਥ ਕਰਨ ਲੱਗ ਪਿਆ, ਬਾਲੀਵੁੱਡ ਕਰਨ ਲੱਗ ਪਿਆ, ਆਟੋਮੈਟਿਕਲੀ ਸਾਡੀ ਮੂਵੀਜ਼ ਦੇ ਬਜਟ ਬਹੁਤ ਵੱਧ ਜੂਗੇ। ਸੋ ਦੁਆ ਕਰਦਾ ਮੈਂ, ਟੱਚ ਵੁੱਡ, ਵਾਹਿਗੁਰੂ ਮਿਹਰ ਕਰੇ, ਤੁਸੀਂ ਸਪੋਰਟ ਕਰੋ, ਪਿਆਰ ਕਰੋ, ਤੇ ਅਸੀਂ ਮਿਹਨਤ ਕਰੀਏ ਤੇ ਆਪਣੇ ਪੰਜਾਬੀ ਮਿਊਜ਼ਿਕ ਇੰਡਸਟਰੀ ਤੇ ਫਿਲਮ ਇੰਡਸਟਰੀ ਨੂੰ ਬਹੁਤ ਉੱਤੇ ਲੈ ਕੇ ਜਾਈਏ। ਥੈਂਕ ਯੂ ਜੀ।